मैं एक में बोलू मैं खड़का के आया हूं मैं कहता मां मैं मेरी भैन तो बिना नहीं जाता नाले मेनू पता है मेरी भैन मेरा किन्ना करती है ना फिर उदो तो भाई तुम भी वड्डिया वड्डिया गल्ला मार दियां सीगियां भी हाँ भाई इन्ने वो नकद पा देणगे झोली च आए कर देणगे आए कर देणगे हुण फिर किधर गईयां वो गल्लां मेरे बाकी पैसे ना इच मेरे सोना दिखदा जे तैनूं होर की दित्ता उन्होंने उन्होंने वीरे बस आहे सोना दित्ता पाया अच्छा फिर चल लड़न क्यों ना वो मेरी धी इस घर की धी है उदा पूरा पूरा हक है वो जो भी मर्जी कर सकती है इस घर च मैं तू जांदा रह जा बग जा खड़ा हो जा इत्थों हुण ना कदे हक दे दा तैनूं मैं जशन जशन हां जी वीरे मुड़ भी आए तुसीं कानू हजे तक गए भी नहीं मैं कहना तू साडे नाल ही चल मैं ले होर मम्मी ने बाहर जाके ना चंगे चंगे सुनाईयां मां मैं मेरी भैन तो बिना नहीं जांदा हैगा ले वीरे तू तो कहता मम्मी आके फिर बोलू तेरे एवें किवें बोलू मैं खड़का के आया हुण मैं उन्होंने कहता मां मैं मेरी भैन तो बिना नहीं जाता नाले मैनू पता है मेरी भैन मेरा किन्ना करती है मड़े जे नाल ओदी पैसे दे दिंदी है चुप ले चक तेरा पर्स कहता मम्मी मैं ल्याउंदी है चक ले पर्स दबा दबा के ले भाई आ जा छेती है नाल जस भी आ गया बारी है ओ ठीक है वीरे आई मैं आ जा चाह हुण ਦਸ਼ਨ ਠੀਕ ਆ ਤੂੰ ਹਾਂ ਮੈਨੂੰ ਕੀ ਹੋਇਆ ਜੀ ਚੱਕਰ ਜਾਈ ਜਾਂਦੇ ਸੀ ਕਹਿੰਦੇ ਮੈਨੂੰ ਚੱਕਰ ਨਾ ਤੇ ਹੋਰ ਆਉਂਦੇ ਤਾਂ ਸੀ ਚੱਕਰ ਬੁਖਾਰ ਜਿਹਾ ਹੋਇਆ ਪਿਆ ਸੀ ਦਵਾਈ ਤਾਂ ਲਈ ਐ ਉਹ ਹਾਂ ਸੱਚ ਸਵੇਰੇ ਜੀ ਆਉਂਦੇ ਸੀ ਚੱਲ ਕੋਈ ਧਿਆਨ ਰੱਖਿਆ ਕਰ ਜਸ਼ਨ ਆਪਦਾ ਗਰਮੀ ਬਹੁਤ ਹੈ ਯੂੰ ਤਾਂ ਆ ਜਾ ਜਾ ਧੀਏ ਜਦੋਂ ਤੂੰ ਕੁੜੀ ਨੂੰ ਦੇਖ ਲੈ ਨਾ ਨਾ ਦਿਨ ਬੁਖਾਰ ਉਤਰ ਜੀ ਤੇਰਾ ਆਹੋ ਇਹ ਤਾਂ ਹੈ ਡੈਡੀ ਲੇਟ ਬਹੁਤ ਹੋ ਗਿਆ ਆਪਾਂ चाह बना कुट तू हां जी वीरे बनानी आ और सिर दुखी जांदा बाली लीडरी जी ना कर तेन मुंडे ने चाह के है ना नाल तां चाह बना ला ते नाले पानी लिया दे पहला पीण नूं दो रोटियां पका के दू तां ओही दियो बेचारी ना हुण तां भुखा सौंदा तू भुखा तां नहीं सौंदा रोटी तां खा के सौंदा पर कजी आ कलेस नाल खाना ओ बापू तू तो हूं भी कलेस पा के बैठ गया हूं तो टिक जा यार आहो मैं तो सुनो कलेस पाता दिन है चल कोई नहीं तुसी आराम कर लो ठीक है ना प्लेट ही बड़ा तुसी पै जाओ आराम कर लो मैं तो मझा का फिक्र है हूं उन्होंने भी कंडा पाना है तुसी कर लो गल सुन क्यों मैं तो कलेसी है दूजे तो वेले ही है सौन तो सारा दिन दूजे मची जाता पुत अपने कुड़ी कि लगी दस पुत आए मैं पहला छद परे ना कुड़ी तो मैं गाह छड़ा मैं 15 लाख वधिया लगे ਜਿਹੜਾ ਦੇਣਗੇ ਉਹ ਹੋਰ ਪੁੱਤ ਨਾਲੇ ਕੰਮ ਦਾ ਨਾ ਬਹੁਤ ਔਖਾ ਹੋ ਜਾਂਦਾ ਮੈਨੂੰ ਵੀ ਸੁੱਖ ਹੋ ਜਾਊਗਾ ਨਾਲੇ ਕੰਮ ਦਾ ਉਹ ਤਾਂ ਠੀਕ ਹੈ ਜੇ ਮਰਜ਼ੀ ਹੈ ਕੰਮ ਕਰੇ ਨਾ ਕਰੇ ਤਾਂ ਤੇਰਾ ਸਾਥ ਤੇਰੇ ਸਾਰੇ ਆ ਤੂੰ ਆਪੇ ਕਰਾਈ ਨਾ ਕਰਾਈ ਮੈਨੂੰ ਮੇਰਾ 15 ਮੇਰੇ ਖਾਤੇ 'ਚ ਪਾ ਦਿਓ ਇਹ ਨਾ ਹੋਵੇ ਉਹਰੇ ਘਰ ਦੇ ਚੱਕਰਾਂ 'ਚ ਲਾ ਦੋ ਉਹ ਵੀ ਨਹੀਂ ਪੁੱਤ ਜਿਹੜੀ ਗੱਲ ਹੋਈ ਆ ਹੁਣ ਤੇਰੇ ਸਾਹਮਣੇ ਹੀ ਹੋਈ ਆ ਗੱਲ ਉੱਥੇ
ਹੁਣ ਕਿਹੜਾ ਕੋਈ ਲੁੱਕ ਲਪੇਟੀ ਆ ਉੱਥੇ ਆਏ ਤਾਂ ਨਹੀਂ ਹੋਈ ਵੀ ਮੇਰੇ ਖਾਤੇ 'ਚ ਪਾਉਂਗੇ ਮੈਂ ਕਹਿਣਾ ਵੀ ਆ ਇੱਥੇ ਨਫਸਾ ਦਿਓ ਕਿਤੇ ਉਹ ਆਰਤੀ ਨੂੰ ਦੇ ਆਵੇ ਜਾ ਕੇ ਕੋਈ ਨਹੀਂ ਤੇਰੇ ਖਾਤੇ 'ਚ ਪਵਾ ਦਾਂਗੇ ਹਾਂ ਮੇਰਾ 15 ਮੇਰੇ ਲਵੇ ਆਉਣਾ ਚਾਹੀਦਾ ਠੀਕ ਆ ਹਾਂ ਚੰਗਾ ਕੋਈ ਨਹੀਂ ਜਸ਼ਨ ਹਾਂਜੀ ਡੈਡੀ ਤੂੰ ਐਵੇਂ ਕੰਮ ਕਰਦੀ ਤੁਰੀ ਫਿਰਦੀ ਐ ਜੋ ਤੇਰੀ ਸਿਹਤ ਨਹੀਂ ਠੀਕ ਫਿਰ ਕਾਹਤੋਂ ਕੰਮ ਨੂੰ ਹੱਥ ਪਾਉਣੀ ਐ ਮੇਰੀ ਸਿਹਤ ਨੂੰ ਕਿਹਾ ਡੈਡੀ ਮੈਂ ਠੀਕ ਤਾਂ ਐ ਲੈ ਉਦੋਂ ਤੂੰ ਜਗਤਾਰ ਦੇ ਸਾਹਮਣੇ ਤੇਰੀ ਮਾਂ ਕਹਿੰਦੀ ਕਿ ਦਵਾਈ ਦਵਾਈ ਐ ਉਹਨੂੰ ਤਾਂ ਨਹੀਂ ਜਾਂਦੀ ਸਾਡੇ ਨਾਲ ਓਹੋ ਡੈਡੀ ਤੁਹਾਨੂੰ ਪਤਾ ਤਾਂ ਹੈ ਮੰਮੀ ਦਾ ਮੈਂ ਨਾ ਤਿਆਰ ਹੋ ਗਈ ਮੰਮੀ ਕਹਿੰਦੀ ਸਾਰੇ ਟੱਬਰ ਨੇ ਕੀ ਕਰਨਾ ਉੱਥੇ ਤੂੰ ਘਰੇ ਰਹਿ ਘਰੇ ਨਹੀਂ ਕੋਈ ਹੈਗਾ ਅੱਛਾ ਤੇਰੀ ਮੰਮੀ ਨੇ ਐ ਕਹਿਤਾ ਸੀ ਤੈਨੂੰ ਹੈ ਹੋਰ ਫਿਰ ਮੈਂ ਹੁਣ ਜੱਸ ਦੇ ਸਾਹਮਣੇ ਕੀ ਕਹਿੰਦੀ ਤੇ ਫਿਰ ਮੈਂ ਮੰਮੀ ਵਾਲੀ ਗੱਲ 'ਚ ਹਾਮੀ ਭਰਤੀ ਹੋਰ ਕੀ ਕਰੇ ਚੱਲ ਕੋਈ ਨਹੀਂ ਪੁੱਤ ਉਸ ਮੌਕੇ ਤੂੰ ਪਰਦਾ ਰੱਖ ਲਿਆ ਪਰ ਮੈਂ ਕਰਦਾ ਇਹਦੇ ਨਾਲ ਗੱਲ ਹਜੇ ਵੀ ਬਹਿਤਾ ਨਹੀਂ ਕਰਨ ਨੂੰ ਹੜਦੀ ਕਾਨੂੰ ਡੈਡੀ ਰਹਿਣ ਦੋ ਕੀ ਫਾਇਦਾ ਰੋਜ਼ ਰੋਜ਼ ਕਲੇਸ਼ ਕਰਨ ਦਾ ਉਹ ਧੀਏ ਜਦੋਂ ਤੇਰੇ ਨਾਲ ਹੁਣ ਵਿਆਹੀ ਵਰੀ ਨਾਲ ਕਲੇਸ਼ ਕਰਦੀ ਤੂੰ ਤਾਂ ਸਬੱਬ ਨਾਲ ਆਉਣੀ ਹੈ ਹੁਣ ਵੀ ਤੈਨੂੰ ਕੰਮ ਤੇ ਚਿਮੇੜਤਾ ਮੈਂ ਕਰਦਾ ਇਹਦੇ ਨਾਲ ਗੱਲ ਇਹ ਨਹੀਂ ਤੈਨੂੰ ਟਿਕਣ ਦਿੰਦੀ ਕਾਨੂੰ ਡੈਡੀ ਰਹਿਣ ਦੋ ਉਹ ਧੀਏ ਜਦੋਂ ਤੂੰ ਮੈਨੂੰ ਐ ਕਹਿੰਦੀ ਮੈਨੂੰ ਇਹ ਵੀ ਨਹੀਂ ਬੋਲਣ ਦਿੰਦੀ ਹੁਣ ਜੇ ਮੈਂ ਬੋਲਦਾ ਤਾਂ ਵੀ ਮਰਦਾ ਜੇ ਨਹੀਂ ਬੋਲਦਾ ਤਾਂ ਵੀ ਮਰਦਾ ਮੈਨੂੰ ਤਾਂ ਗੁੱਸਾ ਆਉਂਦਾ ਪੁੱਤ ਉਹਦੇ ਤੇ ਜਦੋਂ ਤੈਨੂੰ ਤੰਗ ਕਰਦੀ ਹੈ ਚਲੋ ਮਰਜ਼ੀ ਆਹੋ ਮੈਂ ਕਰੂੰ ਗੱਲ ਐ ਨਹੀਂ ਮੈਂ ਹਟਦਾ ਦੇਖ ਲੈ ਪਈ ਤਾਂ ਦੇਖ ਲੈ ਕਿਵੇਂ ਲੰਮੀਆਂ ਤਾਣੀਆਂ ਅਮਰਜੀਤ ਕੀ ਹੋ ਗਿਆ ਹੋ ਗਿਆ ਤੈਨੂੰ ਪਤਾ ਹੀ ਨਹੀਂ ਨਾ ਮੈਂ ਕੀ ਕਰਤਾ ਮੈਂ ਤੈਨੂੰ ਐ ਕਹਿਣਾ ਹੁਣ ਤਾਂ ਸੰਗ ਮੰਨ ਲੈ ਸ਼ਰਮ ਮੰਨ ਲੈ ਕੁੜੀ ਵਿਆਹੀ ਵਰੀ ਗਈ ਹੁਣ ਤਾਂ ਮੇਰੀ ਧੀ ਦਾ ਖੜਾ ਛੱਡ ਦੇ ਮੈਂ ਕਰ ਕੀ ਦਿੱਤਾ ਬਾਜ਼ਾਰ ਤਾਂ ਹੀ ਪਾਈ ਜਾਏਗਾ ਕਿ ਦੱਸੇਗਾ ਵੀ ਕਰਤਾ ਤੈਨੂੰ ਪਤਾ ਹੀ ਨਹੀਂ ਐ ਗੱਲਾਂ ਕਰਦੇ ਜਿਵੇਂ ਤੈਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਗੱਲ ਦਾ ਲੈ ਫੇਰ ਉਹੀ ਗੱਲ ਹਾਂ ਗੱਲ ਦੱਸੀ ਤੇ ਫੇਰ ਹੀ ਪਤਾ ਲੱਗੂ ਜੇ ਦੱਸੇਗਾ ਕੁਛ ਤੇ ਜਦੋਂ ਜਾਣ ਲੱਗੇ ਸੀ ਉਦੋਂ ਕੀ ਕਿਹਾ ਸੀ ਤਾਂ ਪਰੋਣੇ ਨੂੰ ਅਕੇ ਨੂੰ ਬੁਖਾਰ ਹੋਇਆ ਪਿਆ ਕਿਹੜਾ ਬੁਖਾਰ ਹੋਇਆ ਸੀ ਉਹਨੂੰ ਵਾਧੇ ਘਾਟੇ ਕਰਨ ਨੂੰ ਹਾਰ ਜਾ ਹੁਣ ਤਾਂ ਟਿਕ ਜਾ ਛੱਡ ਦੇ ਮੇਰੀ ਧੀ ਦਾ ਖਹਿੜਾ ਹੋਰ ਆਪਾਂ ਤੇ ਸਾਰੇ ਪਿੰਡ ਨੂੰ ਲਿਜਾਣਾ ਸੀ ਇਕੱਠੇ ਕਰਕੇ ਲਿਜਾਣਾ ਸੀ ਹੁਣ ਧੀ ਤੇ ਜਵਾਈ ਤੋਂ ਬਿਨਾਂ ਆਪਾਂ ਸੋਹਣੇ ਲੱਗਦੇ ਸੀ ਤੇ ਦੋਨੇ ਜਾਣੇ ਤਿੰਨੇ ਜਾਣੇ ਜਾਂਦੇ ਮੈਂ ਧੀ ਜਵਾਈ ਨੂੰ ਤਾਂ ਛੱਡ ਜੇ ਲੋਕਾਂ ਦੀ ਸ਼ਰਮ ਨਾ ਮਾਰਦੀ ਹੁੰਦੀ ਤਾਂ ਲਿਜਾਉਣਾ ਤੈਨੂੰ ਵੀ ਨਹੀਂ ਸੀ ਤਾਂ ਦੋਨੇ ਮਾਂ ਪੁੱਤ ਹੀ ਵਗ ਜਾਂਦੇ ਅੱਛਾ ਫਿਰ ਤੂੰ ਇਕੱਲੀ ਵੀ ਵਗ ਜਾਂਦੀ ਹਾਂ ਵਗ ਜਾਂਦੇ ਮਾਂ ਪੁੱਤ ਦੋਨੇ ਫਿਰ ਤੇਰੇ ਟੌਰਾ ਲੱਗਦਾ ਅਗਲਾ ਕਹਿੰਦਾ ਇਹ ਘਰ ਪਰਿਵਾਰ ਦੀ ਹੈ ਹੀ ਨਹੀਂ ਹੁਣ ਲੈ ਤਾਂ ਗਈ ਨਾਲੇ ਤੈਨੂੰ ਨਾਲੇ ਤੇਰੇ ਧੀ ਜਮਾਈ ਨੂੰ ਆ ਇਹ ਨਹੀਂ ਪਤਾ ਵੀ ਪੂਰ ਚੜੂਗਾ ਕਿੰਨਾ ਪੂਰ ਚੜੂਗਾ ਜਦੋਂ ਤੀਆਂ ਬਹਿਬਤਾ ਤੋਂ ਅਗਲਾ ਵੇਖ ਲੂਗਾ ਵੀ ਇਹ ਇਹੋ ਜਿਹੀ ਆ ਫਿਰ ਤਾਂ ਪੂਰ ਚੜਿਆ ਹੀ ਪਿਆ ਪਰ ਤੂੰ ਟਿਕ ਜਾ ਹੁਣ ਮੈਂ ਤੈਨੂੰ ਇਹੀ ਗੱਲ ਕਹਿਣਾ ਮੇਰੀ ਧੀ ਵਿਆਹ ਤੀ ਵਰਤੀ ਹੁਣ ਉਹਨੂੰ ਦੋ ਦਿਨ ਘਰੇ ਆ ਜਾ ਕਰਨ ਦੇ ਆਰਾਮ ਕਰ ਲਿਆ ਕਰਨ ਦੇ ਹੁਣ ਵੀ ਤੂੰ ਉਹਨੂੰ ਕੰਮ ਤੇ ਚਮੇੜ ਰੱਖੀ ਐ ਆਪ ਮੌਜ ਨਾ ਪਈ ਐ ਵੇ ਤੂੰ ਜਾਂਦਾ ਰਹਿ ਹੁਣ ਹੀ ਨਾ ਕਿਤੇ ਤੈਨੂੰ ਮੈਂ ਆਰਾਮ ਕਰਾ ਦਿਆਂ ਉਹ ਹਰ ਜਾ ਹੁਣ ਇਹ ਹਰਕਤਾਂ ਨਾ ਕਰ ਇਹਦੇ ਨਤੀਜੇ ਗਲਤ ਨਿਕਲਣਗੇ ਵੇ ਮੈਨੂੰ ਨਤੀਜੇ ਨਾ ਸਿਖਾ ਤੂੰ ਮੈਨੂੰ ਸਹੀ ਗਲਤ ਦਾ ਸਾਰਾ ਪਤਾ ਹੈ ਤੂੰ ਜਾ ਕੰਮ ਕਰ ਲੈ ਉਧਰ ਪਸ਼ੂ ਡੰਗਰ ਕੰਨੀ ਦੇਖ ਲੈ ਅੱਛਾ ਜੇ ਤੈਨੂੰ ਇੰਨਾ ਪਤਾ ਹੈ ਵੀ ਗਲਤ ਠੀਕ ਦਾ ਪਤਾ ਹੈ ਤੇ ਫਿਰ ਮੇਰੀ ਧੀ ਨੂੰ ਨਾਲ ਕਿਉਂ ਨਹੀਂ ਸੀ ਲਿਜਾਂਦੀ ਕਿਉਂ ਉਹ ਭਾਂਦੀ ਮਾਰਦੀ ਸੀ ਨਾ ਨਹੀਂ ਲਿਜਾਂਦੀ ਕੀ ਲੈ ਤਾਂ ਗਈ ਨਾਲੇ ਹੁਣ ਤੇਰੇ ਘਰ ਤੋਂ ਮਿਰਚਾਂ ਲੜਦੀਆਂ ਨੇ ਨਾ ਮਿਰਚਾਂ ਲੜਨ ਕਿਉਂ ਨਾ ਉਹ ਮੇਰੀ ਧੀ ਇਸ ਘਰ ਦੀ ਧੀ ਹੈ ਉਹਦਾ ਪੂਰਾ ਪੂਰਾ ਹੱਕ ਹੈ ਉਹ ਜੋ ਵੀ ਮਰਜ਼ੀ ਕਰ ਸਕਦੀ ਹੈ ਇਸ ਘਰ 'ਚ ਮੈਂ ਤੂੰ ਜਾਂਦਾ ਰਹਿ ਜਾ ਵਗ ਜਾ ਖੜਾ ਹੋ ਜਾ ਇੱਥੋਂ ਹੁਣ ਨਾ ਕਿਤੇ ਹੱਕ ਦੇਦਾ ਤੈਨੂੰ ਮੈਂ ਕਿਹੜਾ ਮਾਰੇ ਮੱਥਾ ਇਹਦੇ ਨਾਲ ਸਾਰਾ ਸਾਰਾ ਦਿਨ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਵੀ ਕਿਹੜੀ ਮਿੱਟੀ ਦਾ ਬਣਿਆ ਤੂੰ ਨਾਲ ਤਾਂ ਕਹਿੰਦਾ ਕਿਹੜਾ ਮੱਥਾ ਮਾਰੇ ਨਾਲ ਬਿੰਦਕ ਪਿੱਛੋਂ ਫੇਰਾ ਪੈਂਦਾ ਸਰਾਣੇ ਮੇਰੇ ਉਹ ਬਾਰਡਰ ਨਹੀਂ ਟੱਪਦਾ ਚਟਾ ਮੁੰਡਾ ਲੁਧਿਆਣੇ ਉਡੀਕਦਾ ਕਰੀਏ ਹਿੱਲਾ ਕਿਸੇ ਪਾਸੋਂ ਹੈਲੋ ਪੈਸੇ ਵਾਸਤੇ ਕਰਿਆ ਸੀ ਫੋਨ ਅੱਛਾ ਬਾਈ ਕੀ ਹਾਲ ਹੈ ਬਾਈ ਹਾਲ ਤਾਂ ਵਧੀਆ ਨੇ ਤੂੰ ਪੈਸਿਆਂ ਦੀ ਗੱਲ ਕਰ ਕੋਈ ਕੋਈ ਨਾ ਬਾਈ ਪੈਸੇ ਤਾਂ ਦੇ ਦੂੰਗਾ ਮੈਂ ਕਿਹੜਾ ਐਂ ਕਹਿਣਾ ਵੀ ਮੁੱਕਰਦਾ ਮੁੱਕਰਨੇ ਤਾਂ ਮੈਂ ਗੱਲ ਹੀ ਨਹੀਂ ਕਰੀ ਉਹ ਤਾਂ ਤੂੰ ਹੀ ਨਾ ਲਈ ਜਾਂਦਾ ਤੇ ਪੈਰ ਨਹੀਂ ਹੁੰਦੇ ਆਪ ਹੀ ਬੋਲਦਾ ਨਾ ਨਾ ਬਾਈ ਪੈਸੇ ਤਾਂ ਦਵਾਂਗੀ ਮੈਨੂੰ ਯਾਦ ਹੈ ਤੁਹਾਡੇ ਥੋੜਾ ਟਾਈਮ ਜ਼ਰੂਰ ਲੱਗ ਗਿਆ ਪਰ ਦਊਂਗਾ ਬਾਈ ਪੈਸੇ ਤਾਂ ਮੈਂ ਯਾਰ ਹੋਰ ਕਿੰਨਾ ਕਿ ਟਾਈਮ ਲਾਵੇਂਗਾ ਬਾਈ ਬਾਈ ਮੇਰੀ ਗੱਲ ਸੁਣ ਤੇਰੇ ਤੋਂ ਕਿੰਨੇ ਦਾ ਸਮਾਨ ਲੈ ਗਿਆ ਯਾਰ ਮੈਂ ਖੜ ਜਾ ਥੋੜਾ ਟਾਈਮ ਹੋਰ ਬਸ ਆਇਆ ਵੀ ਮੈਨੂੰ ਥੋੜਾ ਜਿਹਾ ਹੀਲਾ ਹੋ ਜਾਣ ਤੇ ਕਿਸੇ ਪਾਸਿਓਂ ਸਾਰਿਆਂ ਨਾਲ
भाई मैनू पता है, वह तो मैं पता है भी तुम सारे कमीशन कमूशन करते हो, सोनू की डर उठाने दरबारे वाले का, वह तो सानू डर है। भाई कोई ना मैनू टाइम तो दे यार थोड़ा जहा, मैं कर दूंगा हिला। भाई फिर भी कुछ तो दस दिन पंद्रह भाई फिर दस पंद्रह दिन कुछ तो दे यार, कोई ना मैं कर दूं हिला हूँ एकदम ऐ कि कर। मेरे ख्याल सुन भाई, मेरे को ना दस क दिन होर दे दे ठीक है, इदू बाद मेरा चल रहा किसी पास रिश्ते की गल, तो 15 लाख मिलूगा मैनू नकनी, तेरा नाल दी नाल मैं पहला घर नहीं आता, पहला तेरे लिए आके तेरे पैसे दिख जाऊँ। महा भाई तू टेंशन ना ले, तेन आने का मौका नहीं दिता मैं। चंगा मेरे सालकने का वो तो पता नहीं लग्या किन्ने का समान पी गया, तो मैं पैसे भी दे किन्ने टाइम दे हो गए, 6 महीने हो गए घट्टो घट्ट। जग्गी कहिंदा तेरा बंदा भी बहुत गंदा है, अजे तो सीधा घर ही आ जे, हिला करना पऊ किस तो, जब तक कहना मम्मी नू भी छेती छेती रिश्ते की गल करो, छागन पाओ तो पैसे फड़ो, नहीं फिर भैन ते स्कीम पाना कोई ना कोई, अजे करना पऊ। भैन आ बैठी है, ये तो पूछा भी की कुछ है इन्हों पैसा ही वाला है। भैन बारे का तो बह गई वीरे, बस एवं बह गई, मैं क्या छों जी आ गई सी, चल बाहर बैठ जानी हूं। मम्मी डैडी? मम्मी अंदर ही होनी, पता नहीं गए होने किसी मासी के, मैं देखे नहीं है। आईफोन है? हाँ वीरे। ये तू कदों लिया? ये ना जस ने लैके दिता। अच्छा हाँ, समान चक ले ਹੋਰ ਫਿਰ ਵੀਰੇ ਤੈਨੂੰ ਪਤਾ ਘਰੇ ਹੈ ਨਾ ਕਈ ਵਾਰ ਇੱਧਰ ਉੱਧਰ ਹੋ ਜਾਂਦੀ ਹੈ ਚੀਜ਼, ਫਿਰ ਐਵੇਂ ਕਿਸੇ ਦੇ ਗਲ ਪੈਣ ਨਾਲੋਂ ਤਾਂ ਆਪੇ ਸਾਂਭੀ ਚੰਗੀ ਆ। ਨਾ ਕੀ ਲਈ ਤੂੰ ਹੁਣ ਉਰੇ? ਬਸ ਵੀਰੇ ਜਿਹੜਾ ਸੋਨਾ ਸੋਨਾ ਸੀ ਜਸ ਕਹਿੰਦਾ ਤੂੰ ਲੈ ਜਾ ਨਾਲ, ਉੱਥੇ ਤਾਂ ਚੱਲ, ਇੱਥੇ ਤਾਂ ਕੀ ਹੁੰਦਾ ਆਪਣੇ ਘਰੇ ਤਾਂ ਕਿਹੜਾ। ਤੂੰ ਸਾਰਾ ਚੱਕ ਲਈ ਉਰੇ? ਹਾਂ ਹਾਂ ਵੀਰੇ। ਕਿੱਥੇ ਰੱਖਿਆ ਫਿਰ? ਤਾਂ ਸਾਂਭ ਕੇ ਰੱਖਿਆ ਹੋਇਆ, ਬੈਗ 'ਚ ਸਾਂਭਤਾ ਸੀ। ਅੰਦਰ ਬੈਗ 'ਚ? ਨਹੀਂ ਅੰਦਰ ਰੱਖਿਆ ਹੋਇਆ ਅਲਮਾਰੀ 'ਚ। ਅਲਮਾਰੀ 'ਚ ਹੈ? ਚੱਲ ਵਧੀਆ ਕਰ, ਜਿੰਦਾ ਕੁੰਡਾ ਲਾਤਾ ਤੀ ਉਹਨੂੰ? ਹਾਂ ਹਾਂ ਜਿੰਦਾ ਲਾਇਆ ਹੋਇਆ ਤਾਂ, ਡੈਡੀ ਨੂੰ ਵੀ ਪਤਾ। ਅੱਛਾ ਫਿਰ ਪੈਸਾ ਤੇ ਲਾ, ਉਹ ਕੌਣ ਸਾਂਭਦਾ ਤੁਹਾਡੇ? ਪੈਸਾ ਜਸ ਕੋਲੇ ਹੁੰਦੇ ਅਕਾਊਂਟ 'ਚ, ਉਹਨਾਂ ਨੇ ਮੈਨੂੰ ਕਾਰਡ ਦਿੱਤਾ ਸੀ, ਕਹਿੰਦੇ ਜੇ ਲੋੜ ਪਈ ਤਾਂ ਇਹ 'ਚ ਵਰਤ ਲਈ। ਅੱਛਾ ਹਾਂ, ਫਿਰ ਕਾਰਡ ਦਾ ਪਿੰਨ ਪੁੰਨ ਤੈਨੂੰ ਪਤਾ? ਹਾਂ ਉਹਨਾਂ ਨੇ ਦੱਸਤਾ ਸੀ ਫਿਰ, ਕਿਉਂਕਿ ਲੋੜ ਪੈ ਜਾਂਦੀ ਹੈ ਨਾ ਕਈ ਵਾਰ, ਕੈਸ਼ ਤਾਂ ਮੈਂ ਰੱਖਦੀ ਨਹੀਂ। ਮੈਨੂੰ ਵੀ ਦੱਸ ਦਿਓ ਜੇ ਪਿੰਨ ਪੁੰਨ, ਕਈ ਵਾਰ ਤੂੰ ਭੁੱਲ ਜੇ ਫਿਰ ਮੈਂ ਦੱਸ ਦੂੰ ਤੈਨੂੰ। ਕੋਈ ਗੱਲ ਨਹੀਂ ਵੀਰੇ, ਦੱਸ ਦੂੰਗੀ। ਹਾਂ ਤੇ ਉਹ ਤੇਰੇ ਦੋਸਤ ਦੀ ਮੰਮੀ ਠੀਕ ਹੈ? ਹਾਂ ਉਹ ਠੀਕ ਹੈ ਸੱਚੋ, 6000 ਰੁਪਇਆ ਦੇ ਗਿਆ ਤੀ। ਦੇ ਗਿਆ ਸੀ? ਹਾਂ ਫਿਰ ਉਹ ਚੱਲ ਗਏ ਮੇਰੇ ਤੋਂ। ਚੱਲ ਕੋਈ ਨਾ, ਹਾਂ ਮੈਂ ਚੱਲ ਫੇਰ ਲੈ ਕੇ ਦੇ ਦੂੰ ਡੈਡੀ ਤੋਂ। ਨਾ ਨਾ ਚੱਲ ਕੋਈ ਨਾ, ਤੇਰੇ ਮੇਰੇ 'ਚ ਤਾਂ ਵੰਡਿਆ ਕੀ ਆ ਹੁਣ, ਮੇਰੇ ਪੈਸੇ ਆ ਤੇਰੇ, ਕੋਈ ਗੱਲ ਸੀ? ਐਂ ਤਾਂ ਹੈਗਾ। ਅਲਮਾਰੀ ਫਿਰ ਅਸਾਂ ਤੇਰੇ ਵਾਲੇ ਕਮਰੇ 'ਚ? ਠੀਕ ਆ ਚੱਲ ਕੋਈ ਨਾ, ਤੂੰ ਉਰੇ ਕੀ ਕਰਦੀ, ਅੰਦਰ ਬਹਿ ਜਾ ਕੇ। ਜਾਣੀ ਆ ਵੀਰੇ ਚੱਲ, ਮੰਮੀ ਵੀ ਦੇਖਾਂ ਕਿੱਧਰ ਗਏ, ਫੋਨ ਤਾਂ ਦਿਖਾ ਦਿੰਦੀ। ਚੱਲ ਨਹੀਂ ਲੈ ਜਾ। ਤੈਂ ਕੀ ਕਰਨਾ ਸੀ ਵੀਰੇ? ਕੁਛ ਨਹੀਂ, ਮੈਂ ਤਾਂ ਕੀ ਕਰਨਾ, ਵੇਚਣਾ ਹੀ ਸੀ। ਹੈਂ? ਕੁਛ ਨਹੀਂ, ਮਹਾ ਵਧੀਆ ਵਿਕ ਜਾਂਦਾ ਇਹ, ਜੇ ਬਾਅਦ ਚੋਂ ਹੀ ਵੇਚੀ ਆਪਾਂ। ਕਿੰਨਾ ਮਹਿੰਗਾ ਮੋਬਾਈਲ, ਮੋਬਾਈਲ ਤਾਂ ਚੱਲ ਛੱਡ, ਸੋਨਾ ਸਾਰਾ ਅਲਮਾਰੀ 'ਚ ਹੈ। ਅਲਮਾਰੀ ਦੀਆਂ ਚਾਪੀਆਂ ਕਿਹਦੇ ਲਏ ਹੋਣਗੀਆਂ? ਇਹਦੇ ਬੈਗ 'ਚ ਹੀ ਹੋਣਗੀਆਂ। ਉਹ ਤਾਂ ਮੇਰੇ ਸਾਲਕਣੇ ਨੂੰ ਵੀ ਮੈਂ ਕਹਿਤਾ ਵੀ 15 ਲੱਖ ਆਉਣ ਵਾਲਾ, ਉਸੇ 'ਚੋਂ ਦੇ ਦੂੰ।
ਚੱਲ ਦੇਖਦੇ ਹਾਂ ਜੇ ਸੋਨੇ ਦੀ ਫਿਰ ਕਦੇ ਲੋੜ ਪਈ ਫਿਰ ਭੜਕਾਵਾਂਗੇ ਵਿੱਚੋਂ, ਇਹਨਾਂ ਨੂੰ ਕਿਹੜਾ ਪਤਾ ਲੱਗਦਾ ਇੰਨਾ ਤਾਂ ਪੈਸਾ ਇਹਨਾਂ ਨਾਲ ਵੀ, ਨਾਲੇ ਪੁੱਛੂ ਵੀ ਕੌਣ, ਇਕੱਲੀ ਤਾਂ ਹੈਗੀ ਉੱਥੇ। ਮੈਨੂੰ ਲੱਗਦਾ ਵਿਚੋਲਣ ਦਾ ਫੋਨ ਆਈ ਜਾਂਦਾ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਹੋਰ ਭਾਈ ਠੀਕ ਹੈ? ਹਾਂ ਹਾਂ ਠੀਕ ਹਾਂ ਜੀ, ਤੁਸੀਂ ਠੀਕ ਹੋ? ਹਾਂ ਵਧੀਆ ਵਧੀਆ, ਆਪਦੇ ਦੱਸ ਸਾਰੇ ਠੀਕ ਆ? ਹਾਂ ਸਾਰੇ ਵਧੀਆ ਵਧੀਆ। ਉਹ ਮੰਮੀ ਐ ਕਹਿੰਦੇ ਸੀ, ਮੰਮੀ ਨੇ ਨਾ ਉਹ ਲਾਇਆ ਸੀ ਸੁਨੇਹਾ ਕੁੜੀ ਵਾਲਿਆਂ ਦਾ, ਉਹ ਆਇਆ ਸੀ ਫੋਨ। ਹਾਂ ਹਾਂ। ਤੇ ਉਹ ਐ ਕਹਿੰਦੇ ਸੀਗੇ ਵੀ ਹੋਰ ਤਾਂ ਸਾਰਾ ਕੁਛ ਠੀਕ ਆ ਚੱਲ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਚਾਚੇ ਜੀ, ਕਿਸੇ ਕੋਲ ਗੱਲ ਨਾ ਕਰਿਓ, ਘਰੇ ਵੀ ਨਾ ਕਿਸੇ ਨੂੰ ਦੱਸਿਓ। ਦੇਖ ਆਪਣਾ ਜਿਹੜੀ ਆਪਣੀ ਗੱਲ ਹੈਗੀ ਉਹ ਆਪਣੇ 'ਚ ਹੀ ਰਹੀ, ਜੇ ਕਿਸੇ ਹੋਰ ਨੂੰ ਕਹਿੰਦੇ ਆ ਤਾਂ ਔਖਾ ਹੋ ਜਾਂਦਾ। ਹਾਂ ਕਿਵੇਂ? ਉਹ ਤਾਂ ਰਿਸ਼ਤੇ ਤੋਂ ਤੜਕਦੇ ਸੀਗੇ। ਅੱਛਾ। ਹਾਂ ਉਹ ਤਾਂ ਕਹਿੰਦੇ ਸਾਨੂੰ ਐਂ ਲੱਗਦਾ ਵੀ ਜਿਵੇਂ ਮੁੰਡੇ ਜਿਹਦਾ ਵੀ ਮੁੰਡਾ ਹੋਰ ਹੀ ਕੁਛ ਜਿਹਾ ਕਰਦਾ ਹੁੰਦਾ ਹੈਗਾ। ਤੇ ਫੇਰ ਹੁਣ ਕਹਿੰਦੇ ਨੇ ਵੀ ਝੋਲੀ ਝੋਲੀ ਤਾਂ ਨਹੀਂ ਦੇਖਾ ਸੀ ਪੈਸੇ ਪਾਉਂਦੇ, ਤੇ ਊ ਅਸੀਂ ਜਿਹੜੇ ਵਿਆਹ ਤੇ ਪੈਸੇ ਲਾਉਣੇ ਨੇ ਉਹ ਅਸੀਂ ਲਾ ਦਾਂਗੇ, ਤੇ ਵਿਆਹ ਜਦੋਂ ਤੁਸੀਂ ਕਹੋ ਉਦੋਂ ਕਰ ਲਾਂਗੇ। ਵੇਖ ਭਾਈ ਮੇਰੀ ਗੱਲ ਸੁਣ ਪਹਿਲਾਂ ਤਾਂ ਤੂੰ, ਪਹਿਲਾਂ ਤਾਂ ਤੁਸੀਂ ਕਿਹਾ ਵੀ ਕਿਸੇ ਕੋਲ ਗੱਲ ਨਾ ਕਰਿਓ, ਗੱਲ ਤਾਂ ਭਾਈ ਮੇਰੇ ਗਾਹਾਂ ਧੀ ਦੇ ਸਹੁਰਿਆਂ ਤੱਕ ਵੀ ਪਹੁੰਚ ਗਈ, ਮੇਰਾ ਜਮਾਈ ਵੀ ਆਇਆ ਵਾ ਸੀਗਾ, ਹੈ ਨਾ, ਉਹਨਾਂ ਨੂੰ ਵੀ ਸਾਰੀ ਗੱਲਬਾਤ ਅਸੀਂ ਦੱਸੀ, ਨਾਲ ਅਸੀਂ ਦੇਖਣ ਲੈ ਕੇ ਗਏ ਵੇ ਹਾਂ। ਅੱਛਾ ਜੀ, ਹਾਂਜੀ। ਦੂਜੀ ਗੱਲ ਵੀ ਹੁਣ ਉਹ ਕਹਿੰਦੇ ਵੀ ਅਸੀਂ ਝੋਲੀ ਨਹੀਂ ਪਾਉਂਦੇ, ਭਾਈ ਇਹ ਤਾਂ ਫਿਰ ਗਲਤ ਗੱਲ ਆ। ਹੁਣ ਗੱਲ ਕਰਕੇ ਉਹਨਾਂ ਨੇ ਹੈ ਨਾ ਝੋਲੀ ਪਾਉਣ ਵਾਲੀ ਵੀ ਹਾਂ ਅਸੀਂ ਨਕਦ ਪੈਸੇ ਝੋਲੀ ਪਾਵਾਂਗੇ, ਅਤੇ ਹੁਣ ਫਿਰ ਉਹ ਗੱਲ ਤੋਂ ਇਸ ਤੋਂ ਮੁੱਕਰੀ ਜਾਂਦੇ, ਅਤੇ ਕੱਲ੍ਹ ਨੂੰ ਫਿਰ ਉਹ ਕਿਵੇਂ ਪੂਰ ਚਾੜਨਗੇ? ਉਹ ਕਹਿੰਦੇ ਨਕਦ ਵਾਲਾ ਤਾਂ ਇੰਨਾ ਤਾਂ ਜਿੰਨਾ ਸਾਨੂੰ ਜ਼ਮੀਨ ਕਹੀ ਸੀ ਉੱਥੋਂ ਤਾਂ ਜ਼ਮੀਨ ਵੀ ਘੱਟ ਹੈ ਨਾ। ਫਿਰ ਉਦੋਂ ਤਾਂ ਭਾਈ ਤੁਸੀਂ ਵੀ ਵੱਡੀਆਂ ਵੱਡੀਆਂ ਗੱਲਾਂ ਮਾਰਦੀਆਂ ਸੀਗੀਆਂ ਵੀ ਹਾਂ ਭਾਈ ਇੰਨੇ ਉਹ ਨਕਦ ਪਾ ਦੇਣਗੇ ਝੋਲੀ 'ਚ, ਐਂ ਕਰ ਦੇਣਗੇ ਐਂ ਕਰ ਦੇਣਗੇ, ਹੁਣ ਫਿਰ ਕਿੱਧਰ ਗਈਆਂ ਉਹ ਗੱਲਾਂ? ਨਹੀਂ ਫਿਰ ਅਗਲਾ ਤਾਂ ਮੁੰਡੇ ਨੂੰ ਦੇਖ ਕੇ ਵੀ ਤਾਂ ਤੜਕਦਾ, ਕਹਿੰਦਾ ਮੁੰਡਾ ਤਾਂ ਐਂ ਗੱਲਾਂ ਕਰਦਾ ਜਿਵੇਂ ਵੀ ਉਹਦੇ ਦਿਮਾਗ 'ਤੇ ਅਸਰ ਪੈਂਦਾ ਹੁੰਦਾ। ਨਾ ਮੁੰਡਾ ਉਹਨਾਂ ਨੂੰ ਪਹਿਲਾਂ ਨਹੀਂ ਦਿੰਦਾ ਸੀ, ਦੱਸਿਆ ਨਹੀਂ ਸੀ ਤੁਸੀਂ? ਨਹੀਂ ਅਸੀਂ ਤਾਂ ਦੱਸਿਆ ਸੀ ਚਾਚੀ, ਹੁਣ ਇਹ ਤਾਂ ਗੱਲ ਆਪਦੀ ਹੁੰਦੀ ਆ, ਹੁਣ ਅਸੀਂ ਐਂ ਕਿਵੇਂ ਕਹਿ ਦਈਏ ਵੀ ਮੁੰਡਾ ਐਂ ਕਰਦਾ ਐਂ ਕਰਦਾ? ਇਹ ਗੱਲਾਂ ਤਾਂ ਨਹੀਂ ਸਿੱਧੇ ਮੱਥੇ ਗਈਆਂ ਜਾਂਦੀਆਂ ਹੁੰਦੀਆਂ, ਇਹ ਤਾਂ ਹੁਣ ਤੂੰ ਆਪ ਵੀ ਸਿਆਣੀ ਹੈਗੀ। ਫਿਰ ਭਾਈ ਇਹ ਤਾਂ ਮਾੜੀ ਗੱਲ ਆ ਹੁਣ, ਹੈ ਨਾ, ਜੇ ਤੁਹਾਨੂੰ ਵੀ ਐਂ ਲੱਗਦਾ ਹੁਣ, ਅੱਛਾ ਤਸੱਲੀ ਦਿੰਦਾ ਹੁੰਦਾ ਵਿਚੋਲਾ, ਮਾੜੇ ਮੋਟੇ ਝੂਠ ਤਪਾਣ ਵੀ ਵਿਚੋਲਾ ਮਾਰ ਦਿੰਦਾ ਹੁੰਦਾ ਹੈਗਾ, ਫਿਰ ਜੇ ਤੁਹਾਨੂੰ ਵੀ ਐਂ ਲੱਗਦਾ ਸੀਗਾ ਵੀ ਮੁੰਡਾ ਆਇਆ, ਫਿਰ ਭਾਈ ਤੁਸੀਂ ਉਹਨਾਂ ਨੂੰ ਤਸੱਲੀਆਂ ਨਹੀਂ ਦੇਣੀਆਂ ਸੀ, ਹੁਣ ਸਾਡੀ ਤਾਂ ਬਦਨਾਮੀ ਇਸ ਗੱਲ 'ਚ, ਅਸੀਂ ਕਿਵੇਂ ਮੂੰਹ ਦਿਖਾਵਾਂਗੇ? ਬਦਨਾਮੀ ਉਹ ਤਾਂ ਕਹਿੰਦੇ ਸੀ ਵਿਆਹ 'ਤੇ ਵੀ ਪੈਸੇ ਲਾ ਦਾਂਗੇ, ਊਂ ਵੀ ਅਸੀਂ ਸਾਰੇ ਕਾਰ ਵਿਹਾਰ ਨੇ ਜਿਹੜੇ ਉਹ ਵਧੀਆ ਕਰਾਂਗੇ, ਪਰ ਅਸੀਂ ਬਸ ਇਕੱਲੇ ਝੋਲੀ ਪੈਸੇ ਨਹੀਂ ਪਾਉਂਦੇ ਹੈਗੇ। ਵੀ ਗੱਲ ਤਾਂ ਉਦੋਂ ਤਾਂ ਭਾਈ ਉਹਨਾਂ ਨੇ ਝੋਲੀ ਪੈਸਿਆਂ ਦੀ ਨਕਦ ਦੀ ਕੀਤੀ ਸੀਗੀ, ਪਰ ਉਹਨਾਂ ਨੇ ਤਾਂ ਜਿਹੜਾ ਸੁਨੇਹਾ ਲਾਇਆ ਫਿਰ ਮੈਂ ਤਾਂ ਤੈਨੂੰ ਉਹੀ ਦੱਸਦੀ ਹਾਂ ਚਾਚੀ, ਦੇਖ ਲੈ ਤੂੰ, ਤੇਰੀ ਮਰਜ਼ੀ ਹੈ। ਚੱਲ ਕੋਈ ਨਹੀਂ ਭਾਈ, ਹਾਂ ਫਿਰ ਮੈਂ ਦੇਖ, ਤੇਰੇ ਰਿਸ਼ਤੇਦਾਰ ਰਿਸ਼ਤੇਦਾਰਾਂ ਤੇਰਿਆਂ ਕੋਲ ਗੱਲ ਪਹੁੰਚੀ ਹੋਈ ਆ, ਚਾਰ ਰਿਸ਼ਤੇਦਾਰਾਂ ਦੇ ਉਹਨਾਂ ਕੋਲ ਗੱਲ ਪਹੁੰਚੀ ਹੋਈ ਆ, ਜੇ ਵਿਆਹ ਹੋ ਜੇ ਚੰਗੀ ਗੱਲ ਹੈ, ਨਹੀਂ ਫਿਰ ਮੁੱਕਰ ਮੁੱਕਰੇ ਤੈਨੂੰ ਪਤੀ ਆ ਅੱਜ ਕੱਲ੍ਹ ਕਿੰਨੇ ਲੋਕ ਗੱਲਾਂ ਕਰਦੇ ਨੇ, ਫਿਰ ਬਾਅਦ ਚੋਂ ਸਾਖ ਕਿੱਥੇ ਹੋਣੇ ਕਿੱਥੇ ਨਾ ਹੋਣੇ ਇਹ ਤਾਂ ਤੈਨੂੰ ਵੀ ਪਤੀ ਆ, ਹੈ ਨਾ। ਨਹੀਂ ਫਿਰ ਆਇਆ ਨਾ ਭਾਈ, ਉਦੋਂ ਤਾਂ ਵੇਖ ਲਾ ਪਹਿਲਾਂ ਉਹਨਾਂ ਨੇ ਸਾਰੀ ਗੱਲ ਕਾਰਮੀ ਸੀ, ਹਨਾ, ਉਦੋਂ ਤਾਂ ਉਹਨਾਂ ਨੇ ਨਕਦ ਝੋਲੀ ਦਾ ਵੀ ਕਹਿਤਾ ਸੀ, ਹੁਣ ਉਹ ਆ ਗੱਲ ਤੋਂ ਭੱਜੀ ਜਾਂਦੇ ਆ। ਫਿਰ ਉਹ ਐਂ ਕਹਿੰਦੇ ਨੇ ਨਾ ਵੀ ਜਿੰਨੀ ਜ਼ਮੀਨ ਕਹੀ ਸੀ ਉੱਥੋਂ ਜ਼ਮੀਨ ਵੀ ਘੱਟ ਹੈ, ਘੱਟ ਤਾਂ ਫਿਰ ਹੁਣ ਐਂ ਗੱਲ ਆ ਭਾਈ, ਗੱਲ ਤੁਸੀਂ ਝੂਠ ਬੋਲਿਆ ਹੋਣਾ, ਥੋਥੋਂ ਤਾਂ ਕੋਈ ਜ਼ਮੀਨ ਦਾ ਉੱਲਾ ਨਹੀਂ ਸੀ ਵੀ ਸਾਡੇ ਕੋਲ ਜ਼ਮੀਨ ਕਿੰਨੀ ਆ, ਉਹ ਤਾਂ ਫਿਰ ਤੁਸੀਂ ਝੂਠ ਬੋਲਿਆ ਹੋਣਾ, ਤਾਂ ਹੀ ਕੀ ਪਤਾ ਤੁਸੀਂ ਪਤਾ ਦੱਸੀ ਹੋ ਭਾਈ ਉਹਨਾਂ ਅਗਲਿਆਂ ਨੂੰ, ਤਾਂ ਅਗਲੇ ਘੱਟ ਕਹਿੰਦੇ ਆ, ਪਰ ਤੁਹਾਨੂੰ ਤਾਂ ਪਤਾ ਸੀ ਸਾਡੀ ਜ਼ਮੀਨ ਦਾ, ਅਸੀਂ ਤਾਂ ਜਿੰਨੀ ਕੁ ਮਤਲਬ ਤੁਸੀਂ ਸਾਨੂੰ ਦੱਸੀ ਸੀ ਅਸੀਂ ਤਾਂ ਉਨੀ ਕੀ ਦੱਸੀ ਸੀਗੀ, ਹੁਣ ਦੇਖ ਲਓ ਤੁਸੀਂ ਭਾਈ ਉਹ ਤਾਂ ਅਗਲੇ ਜਿੰਨੀ ਗੱਲ ਅਗਲਿਆਂ ਨੇ ਕਹੀ ਆ, ਹਨਾ, ਅਸੀਂ ਤਾਂ ਤੁਹਾਨੂੰ ਉਨੀ ਦੱਸਤੀ। ਨਹੀਂ ਵੀਰਪਾਲਾ ਤੁਸੀਂ ਕਿਹੜਾ ਉੱਪਰੇ ਹੋ, ਹੁਣ ਤੁਹਾਨੂੰ ਵੀ ਪਤਾ ਹੀ ਹੈ ਵੀ ਕਿੰਨੀ ਜ਼ਮੀਨ ਆ ਸਾਡੇ ਕੋਲ, ਜੇ ਤਾਂ ਉੱਪਰੇ ਹੋਈਗੇ ਫਿਰ ਤਾਂ ਅਗਲਾ ਕਹਿ ਦਿੰਦਾ ਵੀ ਭਾਈ ਇਹਨਾਂ ਨੇ ਆਪਣੇ ਮੁੰਡੇ ਵਾਲਿਆਂ ਨੇ ਝੂਠ ਬੋਲਤਾ। ਉਹਨਾਂ ਨੇ ਨਾ ਪਿੰਡ 'ਚੋਂ ਕਿਸੇ ਤੋਂ ਪਤਾ ਕਰਿਆ ਹੋਣਾ ਕੋਈ, ਫਿਰ ਐਵੇਂ ਤੁਹਾਨੂੰ ਪਤੀ ਹੈ 10 ਬੰਦੇ ਉਂਗਲਾ ਲਾਉਣ ਵਾਲੇ ਹੁੰਦੇ ਨੇ, 10 ਐਂ ਚਾਹੁੰਦੇ ਹੁੰਦੇ ਨੇ ਵੀ ਨਾ ਹੋਵੇ ਰਿਸ਼ਤਾ, ਇਹ ਨਾ ਹੋਵੇ ਵਾਹ ਨਾ ਹੋਵੇ। ਹੁਣ ਤੂੰ ਆਪ ਹੀ ਸਿਆਣੀ ਆ ਚਾਚੀ, ਕਿਹਦਾ ਕਿਹਦਾ ਮੂੰਹ ਫੜ ਲਾਂਗੇ ਆਪਾਂ, ਜੇ ਹੁਣ ਅੱਜ ਰਿਸ਼ਤਾ ਨਾ ਹੋਇਆ ਤਾਂ ਖਾਣੀ ਐਂ ਕਹਿਣਗੇ 100 ਜਾਣੇ ਤਾਂ ਕੁੜੀ 'ਚ ਨਗੋਚਾ ਕੱਢਣਗੇ, 100 ਜਾਣੇ ਕੱਢਣਗੇ ਮੁੰਡੇ 'ਚ। ਚੱਲ ਕੋਈ ਨਹੀਂ ਭਾਈ, ਮੈਂ ਨਾ ਇਹਨਾਂ ਨਾਲ ਘਰੇ ਗੱਲ ਕਰਦੀ ਹਾਂ, ਰਾਏ ਕਰਦੀ ਹਾਂ, ਫਿਰ ਦੱਸਦੇ ਹਾਂ ਤੁਹਾਨੂੰ। ਕੋਈ ਨਹੀਂ, ਘਰੇ ਰਾਏ ਕਰਕੇ ਹਾਂ ਐਂ ਦੇਖ ਲਾ ਚਾਚੀ, ਤੂੰ ਕਰ ਲਾ ਗੱਲ। ਠੀਕ ਆ ਭਾਈ, ਚੰਗਾ। ਲੈ ਉਦੋਂ ਕੀ ਗੱਲਾਂ ਸੀ, ਹੁਣ ਕੀ ਗੱਲਾਂ, ਵੀ ਤੁਹਾਨੂੰ ਨਹੀਂ ਪਤਾ ਲੈ ਜ਼ਮੀਨ ਕਿੰਨੀ ਹੈ,
ਅਖੇ ਹੁਣ ਜ਼ਮੀਨ ਤੁਸੀਂ ਸਾਨੂੰ ਦੱਸੀ ਸੀ, ਸਾਨੂੰ ਦੱਸਣ ਦੀ ਕੀ ਲੋੜ ਹੈ ਵੀ ਜ਼ਮੀਨ ਤਾਂ ਤੁਹਾਨੂੰ ਪਤਾ ਹੀ ਵੀ ਸਾਡੇ ਕੋਲ ਕਿੰਨੀ ਜ਼ਮੀਨ ਹੈ। ਉਦੋਂ ਗੱਲਾਂ ਹੋਰ ਮਾਰਦੀਆਂ ਸੀ, ਹੁਣ ਹੋਰ ਗੱਲਾਂ 'ਤੇ ਆ ਗਈਆਂ। ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆਉਂਦੀ, ਮੈਨੂੰ ਤਾਂ ਐਂ ਲੱਗਦਾ ਜਿਵੇਂ ਇਹੀ ਪਹਿਲਾਂ ਕਰਾਉਣ 'ਚ ਹੋ ਗਈਆਂ ਅਤੇ ਇਹੀ ਮਕਰਾਉਣ 'ਚ ਹੋ ਗਈਆਂ। ਚਲ ਕਰਦੀਆਂ ਪਿਓ ਪੁੱਤਾਂ ਨਾਲ ਗੱਲ। ਆ ਹੀ ਗਿਆ, ਆ ਜਾ ਪੁੱਤ। ਕਿਵੇਂ ਮੈਂ ਅੰਦਰ ਬੜੀ ਬੈਠੀ ਹਾਂ ਵੀ, ਅੰਦਰ ਤਾਂ ਕਰਦੀ ਸੀ ਸਫਾਈ ਇੱਥੇ ਮਾੜੀ ਮੋਟੀ, ਮੈਂ ਕਿਹਾ ਚਾਦਰਾਂ ਚੂਦਰਾਂ ਝਾੜਦਿਆਂ। ਅਤੇ ਇੱਕ ਟੈਨਸ਼ਨ ਪਹਿਲਾਂ ਵਾਲੀ ਮੁੱਕਦੀ ਹੈ ਪੁੱਤ, ਇੱਕ ਨਵੀਂ ਖੜੀ ਹੋ ਜਾਂਦੀ ਹੈ। ਹੁਣ ਕੀ ਹੋ ਗਿਆ? ਹੁਣ ਉਹ ਕੁੜੀ ਵਾਲੇ ਕਹਿੰਦੇ ਆ ਕਿ ਅਸੀਂ ਤਾਂ ਊਂ ਤਾਂ ਵਿਆਹ ਤਾਂ ਕਰ ਦਾਂਗੇ ਪਰ ਨਗਦ ਝੋਲੀ 'ਚ ਨਹੀਂ ਪਾ ਸਕਦੇ। ਨਗਦ ਝੋਲੀ 'ਚ ਨਹੀਂ ਪਾ ਸਕਦੇ, ਇਹ ਕੀ ਮਤਲਬ ਹੋਇਆ? ਊਂ ਵਿਆਹ 'ਤੇ ਲਾ ਦਿਆਂਗੇ ਅਸੀਂ 10-15 ਲੱਖ ਰੁਪਇਆ ਪਰ ਅਸੀਂ ਨਗਦ ਨਹੀਂ ਕਹਿੰਦੇ ਦੇ ਸਕਦੇ, ਹੁਣ ਸਿਆਪਾ ਖੜਾ ਹੋ ਗਿਆ ਨਵਾਂ। ਨਾ ਤੈਨੂੰ ਉਦੋਂ ਮੈਂ ਕੀ ਕਿਹਾ ਸੀ ਵੀ? ਫਿਰ ਪੁੱਤ ਗੱਲ ਮੈਂ ਤਾਂ ਉਵੇਂ ਕੀਤੀ ਸੀ, ਉਦੋਂ ਤਾਂ ਉਹ ਵੀ ਉਸ ਗੱਲ 'ਤੇ ਸੀਗੇ, ਹੁਣ ਉਹ ਵੀ ਭਜਦੇ ਉਸ ਗੱਲ ਤੋਂ। ਤੂੰ ਅਗਲੇ ਨੂੰ ਐਂ ਕਹਿ ਦੇ, ਕਦੇ ਸਾਨੂੰ ਲੋੜ ਨਹੀਂ ਹੋਰ ਕਾਸੇ 'ਤੇ ਲਾਉਣ ਦੀ, ਸਾਨੂੰ ਤਾਂ 15 ਲੱਖ ਨਗਦ ਪਾ ਦਿਓ, ਹੋਰ ਚਾਹੇ ਜਮਾਂ ਨਾ ਖਰਚਾ ਕਰਿਓ। ਪੁੱਤ ਹੁਣ ਤਾਂ ਉਹਨਾਂ ਦੀਆਂ ਗੱਲਾਂ ਹੀ ਹੋਰ ਹੈ। ਅਗਲੇ ਕਹਿੰਦੇ ਅਖੇ ਮੁੰਡੇ ਦੇ ਸਾਨੂੰ ਚੱਲਣ ਚੱਲੇ ਨਹੀਂ ਸਹੀ ਲੱਗੇ, ਅਖੇ ਮੁੰਡਿਆਂ ਦਾ ਹੋਰ ਉਂਝੇ ਲੱਗਦਾ ਸੀਗਾ। ਮੈਂ ਤੈਨੂੰ ਪਹਿਲਾਂ ਹੀ ਕਹਿ ਦੀ, ਜਿਹਦੇ ਹੱਥੋਂ ਦਾ ਰਿਸ਼ਤਾ ਲੈ ਤਾ ਤੂੰ ਉਹੀ ਕਹਿੰਦੀ, ਕਹਿੰਦੀ ਚੰਗਾ ਭਲਾ ਵਧੀਆ ਘਰ ਰਿਸ਼ਤਾ ਕਰਾਊਗੀ। ਮੈਂ ਨਹੀਂ ਚੱਜ ਦਾ ਕਰਾਉਂਦੀ, ਉਹ ਸਾਨੂੰ ਮੁੰਡਾ ਹੋਰ ਉਂਝੇ ਲੱਗਿਆ ਅਖੇ ਬੇੜਾ ਬੈਠਾ। ਕਿਹਨੇ ਕੁਛ ਕਹਿਤਾ? ਹੁਣ ਕੁਛ ਪੱਲੇ ਨੀ ਆਉਂਦਾ ਆਪਣੇ? ਨਾ ਉਹ ਤਾਂ ਕਹਿੰਦੇ ਵਿਆਹ ਤੇ ਲਾ ਦਾਂਗੇ ਪਰ ਨਗਦ ਨੀ ਝੋਲੀ ਪਾਉਂਦੇ ਅਸੀਂ ਪੈਸੇ। ਵਿਆਹ ਤੇ ਲਵਾ ਕੇ ਕੀ ਕਰਨਾ ਸਾਡੇ? ਕੀ ਕੰਮ ਹੈ ਵਿਆਹ ਦੇ? ਲੋਕਾਂ ਨੂੰ ਖਵਾਉਣਾ, ਕਿੰਨਾ ਮਰਜ਼ੀ ਖਾਓ ਨਾ ਖਵਾਓ ਸਾਡਾ ਕੀ ਮਤਲਬ ਉਹਦੇ ਨਾਲ? ਸਾਨੂੰ ਜਿੰਨਾ ਝੋਲੀ ਪਾਉਂਗੇ ਉਹ ਨਫੇਦ ਹੈ। ਮੈਨੂੰ ਤਾਂ ਵਿਚੋਲਣਾ ਦੀਆਂ ਵੀ ਨਹੀਂ ਇਹਨਾਂ ਦੀ ਕੋਈ ਗੱਲ 'ਚ ਸਮਝ ਆਈ ਵੀ। ਕੁੜੀ ਤਾਂ ਦੇਖ ਲੈ ਉਹਨਾਂ ਦੀ ਦਾਂ ਦੋ ਜੀ, ਮੈਂ ਫਿਰ ਵੀ ਮਹਾਂ ਚੱਲ ਕੋਈ ਨਾ ਕਰਵਾ ਲਊ। ਹੈਗੀ ਕਿਸੇ ਪਾਸੋਂ ਚੱਜ ਦੀ ਉਹ? ਕੀ ਪਤਾ ਭਾਈ, ਹੁਣ ਉਹਨਾਂ ਨੇ ਤਾਂ ਸੁਨੇਹਾ ਆ ਦਿੱਤਾ ਹੈਗਾ, ਫੋਨ ਕਰਕੇ ਸੁਨੇਹਾ ਦੇ ਦਿੱਤਾ। ਸੁਨੇਹਾ ਦਿੱਤਾ ਤਾਂ ਕਰੇ ਕਰਾਏ ਤੇ ਖੇ ਪਾ ਦੀ। ਹੁਣ ਮੈਂ ਤਾਂ ਕੀ ਖੇ ਪਾ ਦੀ ਪੁੱਤ, ਹੁਣ ਅਗਲਿਆਂ ਦਾ ਕੀ ਆਪਾਂ ਕੀ ਵੱਢ ਸਕਦੇ ਉਹਨਾਂ ਦਾ? ਮੈਂ ਤੈਨੂੰ ਉਹ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਚੱਜ ਨਾਲ ਗੱਲ ਕਰੋ। ਲੈ ਨਾ ਜੀ, ਮੈਂ ਤਾਂ ਖੋਲ ਰੱਖੀ ਆ, ਮੈਂ ਤਾਂ ਕਹਿ ਤਾਂ ਦਿੱਤਾ ਤੈਨੂੰ ਖੋਲ ਰੱਖੀ ਆ, ਹੁਣ ਦੇਖ ਲੈ ਫਿਰ ਆ ਤੂੰ ਹੀ ਮੂਹਰੇ ਲਾਈ ਤੀ ਹੁਣ ਕਰਤਾ। ਤੇ ਮੈਨੂੰ ਤਾਂ ਐਂ ਲੱਗਦਾ ਹੋਰ ਤਾਂ ਛੱਡ, ਖਸਮਾਂ ਨੂੰ ਖਾਵੇ ਪਰੇ ਵੀ ਆ ਮੈਨੂੰ ਤਾਂ ਲੱਗਦਾ ਤੇਰਾ ਪਿਓ ਨਾ ਭਾਨੀ ਭੁੰਨੀ ਮਾਰਿਆ ਇਹ ਨਾ ਕਿਹਾ ਹੋ ਵੀ ਮੇਰਾ ਮੁੰਡਾ ਨਸ਼ੇ ਕਰਦਾ ਜਾਂ ਐਂ ਕਰਦਾ। ਇੰਨਾ ਵੀ ਮਾੜਾ ਨਹੀਂ ਹੈਗਾ ਜਿੰਨਾ ਤੂੰ ਕਹੀ ਜਾਂਦੀ ਹੈ। ਕੀ ਪਤਾ ਇਹਨੇ ਕੰਜਰ ਨੇ ਕੋਈ ਪਕਾਈ ਮਾਰੀ ਹੋਵੇ। ਐਡਾ ਮਾੜਾ ਨਹੀਂ ਹੈਗਾ ਜਿੰਨਾ ਤੂੰ ਕਹੀ ਜਾਂਦੀ ਹੈ। ਕੀ ਪਤਾ ਹੁਣ ਅਗਲੇ ਨੇ ਤਾਂ ਆਹ ਜਵਾਬ ਦਿੱਤਾ ਵੀ ਮੁੰਡਾ ਤਾਂ ਸਾਨੂੰ ਐਂ ਲੱਗਦਾ ਜਿਵੇਂ ਕੋਈ ਨਸ਼ਾ। ਹੁਣ ਤੈਨੂੰ ਆਇਆ ਵੀ ਮੇਰੇ ਤੇ ਗੱਲ ਆਉਂਦੀ, ਚੱਕ ਕੇ ਪਿਓ ਤੇ ਡੇਗਤੀ ਤੈਂ। ਚੱਲ ਚੰਗਾ ਵਗ ਜਾ ਹੁਣ, ਲਾ ਤੇ ਜਿਹੜੇ ਰੰਗ ਲਾਉਣੇ ਦੀ ਤੈਨਾਂ। ਮੈਂ ਰੰਗ ਲਾਉਣ ਨੂੰ ਮੈਂ ਦੱਸ ਹੁਣ ਕੀ ਕੀਤਾ ਹੈਗਾ? ਚੱਜ ਦੀ ਖਬਰ ਨਾ ਸੁਣਾਇਓ ਹੁਣ, ਕੀ ਪਤਾ ਅਗਲਿਆਂ ਨੂੰ ਕੀ ਕਿਹਾ ਪਿੰਡ ਦਿਆਂ ਨੇ ਕੀ ਨਹੀਂ। ਹਾਂ ਪਿੰਡ ਦਿਆਂ ਨੇ ਕਿਹਾ, ਉਦੋਂ ਆਪ ਤੋਂ ਤਾਂ ਚੱਜ ਨਾਲ ਗੱਲ ਕਰੀ ਨਹੀਂ ਜਾਂਦੀ। ਕਰਤੀ ਖੇ ਸਾਰੇ ਖਾਸੇ ਦੀ, ਮੈਂ ਤਾਂ ਚੌੜਾ ਹੋ ਕੇ ਕਹਿ ਕੇ ਆਇਆ ਸੀ ਇਹਨੂੰ ਵੀ 15 ਲੱਖ ਆਊਗਾ ਵੀ ਹੁਣੀ ਲਾ ਦੂੰ ਤੇਰੇ ਪੈਸੇ, ਜਲਦੀ ਦੱਸ ਕਹਿ ਤੇ ਉਹਨੂੰ ਜੇ ਘਰ ਆ ਗਿਆ ਨਾ ਉਹਦੇ ਜਲੂਸ ਨਿਕਲੂ ਸਾਰਾ। ਹੁਣ ਤਾਂ ਹੋਰ ਪਾਸੇ ਹੱਥ ਮਾਰਨਾ ਪਿਆ, ਵਿਆਹ ਦਾ ਕੀ ਹੈ, ਵਿਆਹ ਤਾਂ ਹੋਵੇ ਨਾ ਹੋਵੇ ਆਪਾਂ ਨੇ ਕੀ ਲੈਣਾ, ਗੱਲ ਤਾਂ ਉਹਦੇ ਪੈਸਿਆਂ ਦੀ ਹੈ। ਜੇ ਪਹਿਲਾਂ ਨੇ ਪੈਸੇ ਦਿਉ ਤਾਂ ਅੱਗੇ ਸਮਾਨ ਦਿਉ, ਉਹ ਮੈਨੂੰ ਕਰਦਾ ਕਿਤੇ ਹੁੰਦਾ ਮਾਰਦਿਆਂ ਹੱਥ ਪੱਲਾ। ਲੋਕੜੀ ਸੋਚ ਫਿਰ ਦੇਖ ਲਿਆ ਕੀ ਬਣਦਾ। ਸਮੈਲ ਜੀ ਆਈ ਜਾਂਦੀ ਆ, ਪਸੀਨੇ ਦੀ, ਕੱਪੜੇ ਚੇਂਜ ਹੀ ਕਰ ਲੈਂਦੀ ਹਾਂ। ਹੈ ਆ ਕਾਊਂਟਰ ਇਹ ਕਿਵੇਂ ਖੁੱਲ੍ਹਾ ਰਹਿ ਗਿਆ? ਪਰਸ ਵੀ ਜਿੱਪ ਵੀ ਖੁੱਲ੍ਹੀ ਹੈ ਮੇਰੇ ਪਰਸ ਦੀ। ਮੇਰੇ ਬਾਕੀ ਪੈਸੇ ਮੇਰੇ ਸੋਨਾ ਦੇਖਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅਤੇ ਤੁਹਾਨੂੰ ਕਿੱਦਾਂ ਲੱਗ ਰਹੀ ਹੈ ਸਾਡੀ ਨਵੀਂ ਸੀਰੀਜ਼, ਅਤੇ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ।
ਤੇ ਤੁਸੀਂ ਨਾ ਨਾਲ ਨਾਲ ਵੀਡੀਓ ਦੇ ਨੀਚੇ ਕਮੈਂਟ ਵੀ ਕਰਿਆ ਕਰੋ ਤੇ ਸਾਡੀਆਂ ਸਟੋਰੀਆਂ ਦੀ ਸਾਨੂੰ ਫੀਡਬੈਕ ਦਿਆ ਕਰੋ ਵੀ ਕੀ ਕਮੀ ਪੇਸ਼ੀ ਆ ਜਾਂ ਫਿਰ ਕਮੈਂਟ ਬਹੁਤ ਘੱਟ ਕਰ ਦਿਓ ਤੁਸੀਂ ਨਾਲੇ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰਿਆ ਕਰੋ ਅੱਗੇ ਦੀ ਅੱਗੇ ਤੇ ਤੁਹਾਡੇ ਲਈ ਇਸ ਸੀਰੀਜ਼ ਦੇ ਅੱਗੇ ਬਹੁਤ ਸਾਰੇ ਪਾਰਟ ਰੈਡੀ ਨੇ ਆਪਾਂ ਸਾਰੇ ਡੇ ਬਾਈ ਡੇ ਅੱਗੇ ਪੋਸਟ ਕਰਾਂਗੇ ਪਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਕੀ ਕਮੀ ਪੇਸ਼ੀ ਆ ਜਾਂ ਕੋਈ ਤੁਹਾਨੂੰ ਚੰਗਾ ਲੱਗ ਰਿਹਾ ਕਿੱਦਾਂ ਸਾਰਾ ਕੁਝ ਹੈ ਨਾ ਜੋ ਵੀ ਗੱਲ ਹੁੰਦੀ ਹੈ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਸਾਨੂੰ ਇੱਕ ਵਾਰ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਸੀਂ ਦੇਖਦੇ ਜਾਇਓ ਅੱਗੇ ਅੱਗੇ ਤੇ ਹੋਣਾ ਕੀ ਚਾਹੀਦਾ ਤੇ ਤੁਹਾਡੇ ਅਕੋਰਡਿੰਗ ਕੀ ਹੋਏਗਾ ਤੇ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਸਤਿ ਸ਼੍ਰੀ ਅਕਾਲ ਜੀ।